ਭਾਵੇਂ ਪੂਰਾ ਦੇਸ਼ ਅੱਜ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ ਅਤੇ ਭਾਰਤ ਦਾ ਸੰਵਿਧਾਨ ਲਾਗੂ ਹੋਣ ਦੀ ਖੁਸ਼ੀਆਂ ਮਨਾ ਰਿਹਾ ਹੈ। ਲੁਧਿਆਣਾ ਸਟੇਡੀਅਮ ਦੇ ਬਾਹਰ ਇੱਕ ਅਜਿਹਾ ਪਰਿਵਾਰ ਖੜਾ ਜਿਸਨੇ ਆਪਣੇ ਘਰ ਦੇ ਮੈਂਬਰ ਨੂੰ ਹਮੇਸ਼ਾ ਲਈ ਖੋ ਦਿੱਤਾ, ਪਰ ਅੱਜ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ। ਸੰਤੋਸ਼ ਕੁਮਾਰ ਵੈਂਡਰ 2009 ਵਿੱਚ ਜਦੋਂ ਲੁਧਿਆਣਾ 'ਚ ਦਹਿਸ਼ਤਗਰਦ ਲੁਕੇ ਹੋਏ ਸਨ ਤਾਂ ਉਸਨੇ ਟ੍ਰੇਨ ਦੇ ਥੱਲੇ ਵੜ ਕੇ ਦਹਿਸ਼ਤਗਰਦ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਉਸਨੂੰ ਗੋਲੀ ਲੱਗੀ ਅਤੇ ਉਹ ਸ਼ਹੀਦ ਹੋ ਗਿਆ। ਪਰ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸੰਤੋਸ਼ ਕੁਮਾਰ ਦੀ ਜਾਨ ਦੀ ਕੀਮਤ ਸਰਕਾਰਾਂ ਵੱਲੋਂ ਮਹਿਜ਼ 3 ਲੱਖ ਰੁਪਏ ਲਾਈ ਗਈ ਅਤੇ ਉਸਦਾ ਪਰਿਵਾਰ ਹੁਣ ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਹੱਥ 'ਚ ਕੁਝ ਦਸਤਾਵੇਜ਼ ਅਤੇ ਆਪਣੇ ਪਤੀ ਦੀ ਫੋਟੋ ਲਈ ਖੜੀ ਪਾਰਵਤੀ ਦੇਵੀ ਦੀ ਦਾਸਤਾਂ ਬੇਹੱਦ ਹੀ ਦੁੱਖ ਭਰੀ ਹੈ। ਦਰਅਸਲ 2009 ਦੇ ਵਿੱਚ ਸੰਤੋਸ਼ ਕੁਮਾਰ, ਜੋ ਕਿ ਵੈਂਡਰ ਦਾ ਕੰਮ ਕਰਦਾ ਸੀ, ਟ੍ਰੇਨ ਦੇ ਹੇਠਾਂ ਵੜ ਕੇ ਦਹਿਸ਼ਤਗਰਦ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸਨੂੰ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੂੰ 3 ਲੱਖ ਰੁਪਏ ਮਦਦ ਦੇ ਤੌਰ ਤੇ ਦਿੱਤੇ ਗਏ ਅਤੇ ਇੱਕ ਪਲਾਟ ਅਤੇ ਇੱਕ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਅੱਜ ਤੱਕ ਨਾ ਉਹ ਪਲਾਟ ਮਿਲਿਆ ਅਤੇ ਨਾ ਹੀ ਕੋਈ ਨੌਕਰੀ, ਜਿਸ ਕਾਰਨ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਅਤੇ ਗਣਤੰਤਰ ਦਿਵਸ ਮੌਕੇ ਸਟੇਡੀਅਮ ਦੇ ਬਾਹਰ ਸਿੱਖਿਆ ਮੰਤਰੀ ਨੂੰ ਮਿਲਣ ਦੀ ਉਡੀਕ ਕਰ ਰਿਹਾ ਹੈ, ਪਰ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ। ਸੰਤੋਸ਼ ਕੁਮਾਰ ਦੇ 3 ਬੱਚੇ ਨੇ ਅਤੇ 10 ਸਾਲ ਦਾ ਸਮਾਂ ਹੋ ਚੁੱਕਾ ਹੈ, ਪਰ ਅੱਜ ਤੱਕ ਉਸਦੀ ਪਤਨੀ ਪਾਰਵਤੀ ਦੇਵੀ ਦੀ ਕਿਸੇ ਨੇ ਮਦਦ ਦੇ ਲਈ ਬਾਂਹ ਨਹੀਂ ਫੜੀ। ਅਮਰ ਮੰਗ ਆਈ ਹੈ ਸਰ, ਜੇ ਹਮਰਾ ਨੌਕਰੀ ਮਿਲ ਜਾਣਾ ਚਾਹੀ, ਬਾਲ ਬੱਚਾ ਕੋ ਜ਼ਿੰਦਗੀ ਕੇ ਰੋਟੀ ਬਣ ਜਾਣਾ ਚਾਹੀ, ਬਸ ਮੌਜਾ ਦਿਆ ਗਿਆ ਹੈ ਸਰ, 3 ਲੱਖ ਰੁਪਿਆ ਦਿਆ ਹੈ। ਬਾਦਲ ਸਰਕਾਰ ਸੇ ਕਹਾ ਰਹੇ ਥੇ ਪਲਾਟ ਦੇਣੇ ਕੇ ਲੀਏ, ਬੱਚਾ ਸਭ ਕੋ 10ਵੀਂ ਮੁਖ ਪੜ੍ਹਾਈ ਦੇਣੇ ਕੇ ਲੀਏ ਰਹੇ ਥੇ ਨੌਕਰੀ, ਮਤਲਬ ਘਰ ਮੈਂ ਏਗੋ ਸਰਵਿਸ ਮਿਲਣਾ ਚਾਹੀ। ਇਹ ਕਾਗਜ਼ ਉਗਜ਼ ਲੈ ਕਰਕੇ ਆਏ ਹਮ, ਕਰੇ ਸਾਹਿਬ ਉਹਬ ਸੇ ਦਿਖਾਨਾ ਕਾਗਜ਼ ਉਗਜ਼, ਕੋਈ ਰਸਤਾ ਤੋ ਬਤਾਈਵੇ ਕਰੇਗਾ, ਵਹੀ ਖਾਤਿਰ ਹਮ ਕਾਗਜ਼ ਉਗਜ਼ ਲੈ ਕੇ ਆਏ, ਬੱਚੇ ਕੋ ਸਾਥ ਮੇਂ ਲੈ ਕੇ ਆਏ। ਉਹ ਵੈਂਡਰ ਵਾਲੇ ਕਾਮ ਕਰ ਰਹੇ ਥੇ, ਮੈਂ ਤਾਂ ਐਸੇ ਵੈਸੇ ਪਕੜੇ ਥੋ ਆਤੰਕਵਾਦੀ ਕੋ ਪਕੜੇ ਥੇ, ਵੈਸੇ ਮੈਂ ਉਸਕੋ ਗੋਲੀ ਮਾਰ ਦਿਆ। ਹਾਂ, ਅਹੁਦਾ ਕੀਆ ਗਿਆ ਥਾ, ਇਸਮੇਂ ਲੈਟਰ ਮੈਂ ਤੋ ਹੈ, ਪੇਪਰ ਮੈਂ ਸਭ ਚੀਜ਼ ਅਹੁਦਾ ਕੀਆ ਗਿਆ ਹੈ, ਜੋ ਪਰਿਵਾਰ ਮੈਂ ਇੱਕ ਠੋ ਕੋ ਨੌਕਰੀ ਮਿਲਣਾ ਚਾਹੀ, ਸਰਵਿਸ ਮਿਲਣਾ ਚਾਹੀ ਇੱਕ ਠੋ ਕੋ। ਰਜਿੰਦਰ ਅਰੋੜਾ, ਲੁਧਿਆਣਾ।